ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ 4 ਮੁਲਾਜ਼ਮਾਂ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਅਤੇ ਗੁਰੂ ਘਰ ਦੇ ਪ੍ਰਬੰਧ ਦੀ ਬਦਨਾਮੀ ਕਰਵਾਉਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਤੁਰੰਤ ਬਰਖਾਸਤ ਕਰਦਿਆਂ ਗੁਰਦੁਆਰਾ ਸਾਹਿਬ ਦਾ ਬਾਕੀ ਸਟਾਫ ਤਬਦੀਲ ਕਰਨ ਦਾ ਸਖ਼ਤ ਫੈਸਲਾ ਲਿਆ ਹੈ। ਬਰਖਾਸਤ ਕੀਤੇ ਗਏ ਮੁਲਾਜ਼ਮਾਂ ਵਿੱਚ ਕੁਲਵਿੰਦਰ ਸਿੰਘ ਮੈਨੇਜਰ, ਸੁਖਮੰਦਰ ਸਿੰਘ ਕਲਰਕ, ਗੁਰਬਾਜ ਸਿੰਘ ਤੇ ਲਖਵੀਰ ਸਿੰਘ ਸ਼ਾਮਲ ਨੇ। ਸਥਾਨਕ ਸੰਘ ਦੀ ਸ਼ਿਕਾਇਤ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤਰਿੰਗ ਮੈਂਬਰ ਸਰਦਾਰ ਨਵਤੇਜ ਸਿੰਘ ਕੌਣੀ ਅਤੇ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਤਾਹੀ ਅਤੇ ਮੁਲਾਜ਼ਮਾਂ ਦੀ ਆਚਰਣਹੀਨਤਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋਂ ਦੇ ਜਿਨ੍ਹਾਂ ਮੁਲਾਜ਼ਮਾਂ ਨੇ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਕਰਵਾਈ ਹੈ ਉਹਨਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਦੋਸ਼ੀ ਮੁਲਜ਼ਮਾਂ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੁਲਿਸ ਥਾਣਾ ਜੈਤੋਂ ਵਿਖੇ ਪਰਚਾ ਵੀ ਦਰਜ ਕਰਵਾਇਆ ਗਿਆ। ਸਥਾਨ ਗੁਰਦੁਆਰਾ ਗੰਗਸਰ ਸਾਹਿਬ ਜੈਤੋਂ, ਉੱਥੋਂ ਦੇ ਮੁਲਾਜ਼ਮਾਂ ਵੱਲੋਂ ਬਹੁਤ ਹੀ ਘਿਨੌਣੀ ਹਰਕਤ ਕੀਤੀ ਗਈ, ਜਿਹੜੀ ਕਿ ਸਾਡੀ ਜ਼ਬਾਨ ਵਿੱਚੋਂ ਵੀ ਕਿਸੇ ਨੂੰ ਦੱਸਣ ਲੱਗਿਆਂ ਬਹੁਤ ਵੱਡੀ ਹਿੰਮਤ ਦੀ ਲੋੜ ਹੁੰਦੀ ਹੈ ਔਰ ਬੜੀ ਸ਼ਰਮਸਾਰ ਗੱਲ ਹੁੰਦੀ ਹੈ। ਮੈਂ ਸਮਝਦੀ ਹੈ ਕਿ ਇਹ ਮੁਲਾਜ਼ਮ ਜਿਹੜੇ ਹੈ ਸ਼ਾਇਦ ਇਸ ਗੱਲ ਨੂੰ ਭੁੱਲ ਜਾਂਦੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਧਾਂਤਕ ਤੌਰ ਉੱਤੇ ਉਹਨਾਂ ਮੁਲਾਜ਼ਮਾਂ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ। ਗੁਰੂ ਘਰ ਦੀ ਸੇਵਾ ਸੰਭਾਲ ਕਰਨਾ, ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਕਰਨੀ, ਉੱਥੋਂ ਦੇ ਸਿਧਾਂਤਾਂ ਦੀ ਰਾਖੀ ਕਰਨੀ, ਪਹਿਰੇਦਾਰੀ ਕਰਨੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਮੱਤੇ ਇਤਿਹਾਸ ਨੂੰ ਦੁਨੀਆ ਵਿੱਚ ਉਜਾਗਰ ਕਰਨਾ, ਇਹ ਸ਼ਾਨਾ ਮੱਤੇ ਇਤਿਹਾਸ ਨੂੰ ਦੁਨੀਆ ਵਿੱਚ ਬਣਾਈ ਰੱਖਣਾ, ਇਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਇਹਨਾਂ ਦੇ ਮੋਢਿਆਂ 'ਤੇ ਹੁੰਦੀਆਂ, ਇਹਨਾਂ ਦੇ ਜ਼ਿੰਮੇਵਾਰੀ ਹੁੰਦੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਕੁਝ ਮੁਲਾਜ਼ਮ ਜਿਹੜੇ ਹੈ ਉਹ ਐਸੀ ਹਰਕਤ ਕਰ ਦਿੰਦੇ ਹੈ ਜਿਹਦੇ ਨਾਲ ਸਾਰੀ ਸੰਸਥਾ ਨੂੰ ਸਿਰ ਚੁਕਾਉਣਾ ਪੈਂਦਾ, ਸਾਰੀ ਸੰਸਥਾ ਨੂੰ ਨੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਬਹੁਤ ਵਾਰ ਇਸ ਤਰ੍ਹਾਂ ਦਾ ਹੋਇਆ ਔਰ ਇੰਨੀਆਂ ਕਰੜੀਆਂ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਬੰਦੇ ਨਹੀਂ ਬਣਦੇ। ਇਹਨੂੰ ਸਮਝ ਨਹੀਂ ਕਿ ਸਾਡੀ ਇੱਥੇ ਡਿਊਟੀ ਕੀ ਹੈ, ਅਸੀਂ ਕਰਨ ਵਾਸਤੇ ਕਿਉਂ ਇਸ ਗੁਰੂ ਘਰ ਵਿੱਚ ਆਏ ਹਾਂ, ਅਸੀਂ ਕਿਹੜੀ ਕਿਹੜੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਇਹ ਸਾਰੀਆਂ ਨਿਯਮਾਂ ਦੀ, ਸਾਰੀਆਂ ਜ਼ਿੰਮੇਵਾਰੀਆਂ ਦੀ, ਜਦੋਂ ਕੋਈ ਅਨੈਤਿਕਤਾ ਦੀ ਜ਼ਿੰਮੇਵਾਰੀ ਕਰਦਾ ਹੈ ਉਹ ਸਾਰੀ ਜਿਹੜੀ ਹੈ ਕਾਰਵਾਈ ਨੂੰ ਦੇਖਦਿਆਂ ਹੋਇਆਂ, ਕੱਲ੍ਹ ਜੋ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਸਾਡੇ ਜਿਹੜਾ ਉੱਥੇ ਦਾ ਮੈਨੇਜਰ ਸੀਗਾ ਕੁਲਵਿੰਦਰ ਸਿੰਘ, ਜੋ ਉਹਨੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ, ਜਿਹਨੇ ਜ਼ਿੰਮੇਵਾਰੀ 'ਚ ਕੁਤਾਹੀ ਕੀਤੀ ਹੈ, ਜਿਹਨੇ ਜਿਹੜਾ ਕੋਈ ਉੱਥੇ ਗੈਰ ਸਿਧਾਂਤਕ, ਗੈਰ ਕਾਨੂੰਨੀ ਔਰ ਅਸ਼ਲੀਲ ਹਰਕਤਾਂ ਵਾਲਾ ਜੋ ਉੱਥੇ ਕਾਰਵਾਈ ਹੋਈ ਹੈ ਉਹਨੂੰ ਦਬਾਈ ਰੱਖਿਆ, ਸਾਡੇ ਤੱਕ ਨਹੀਂ ਪਹੁੰਚਾਇਆ, ਉਹਦੇ ਕਰਕੇ ਜਿੱਥੇ ਉਹਨੂੰ ਡਿਸਮਿਸ ਕੀਤਾ ਜਾਂਦਾ, ਉਹਨੂੰ ਵਿਹਲਾ ਕੀਤਾ ਜਾਂਦਾ, ਉੱਥੇ ਜਿਹੜੀ ਇਹ ਘਿਨੌਣੀ ਹਰਕਤ ਕਰਨ ਵਾਲੇ ਜਿਹੜੇ 3 ਮੁਲਾਜ਼ਮ ਸਨ ਜਿਨ੍ਹਾਂ ਦੇ ਵਿੱਚ ਸੁਖਮਿੰਦਰ ਸਿੰਘ ਕਲਰਕ, ਗੁਰਬਾਜ ਸਿੰਘ ਅਤੇ ਲਖਵੀਰ ਸਿੰਘ ਦੋਵੇਂ ਸੇਵਾਦਾਰ ਇਹ ਸ਼ਾਮਲ ਸਨ, ਇਹਨਾਂ ਨੂੰ ਵੀ ਡਿਊਟੀ ਤੋਂ ਡਿਸਮਿਸ ਕੀਤਾ ਗਿਆ। ਨਾਲ ਜਿਹੜੇ ਕੋਈ ਹੋਰ ਮੁਲਾਜ਼ਮ ਸਨ ਉਹਨਾਂ ਨੂੰ ਉੱਥੋਂ ਤਬਦੀਲ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੇ ਜੋ ਅੱਜ ਸਾਡੀ ਬਦਨਾਮੀ ਕਰਾਈ ਹੈ, ਜੋ ਪ੍ਰਬੰਧ ਦੀ ਬਦਨਾਮੀ ਕਰਾਈ ਹੈ, ਜੋ ਸੰਸਥਾ ਦਾ ਸਿਰ ਨੀਵਾਂ ਕੀਤਾ, ਇਹ ਅਸੀਂ ਕਦੀ ਇਸ ਦੀ ਭਰਪਾਈ ਕਰਨੀ ਸਾਡੇ ਵਾਸਤੇ ਬੜੀ ਔਖੀ ਹੁੰਦੀ ਹੈ। ਮੈਂ ਆਪ ਮਹਿਸੂਸ ਕਰਦੀ ਹਾਂ ਕਿ ਐਡੀ ਵੱਡੀ ਕੁਤਾਹੀ, ਐਡੀ ਵੱਡੀ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਨੂੰ ਸ਼ਾਇਦ ਜੂਣ ਦਾ ਵੀ ਹੱਕ ਨਹੀਂ ਦੇਣਾ ਚਾਹੀਦਾ, ਇੰਨਾ ਵੱਡਾ ਇਹਨਾਂ ਨੁਕਸਾਨ ਕੀਤਾ। ਕੱਲ੍ਹ ਤੁਰੰਤ ਪਰਸੋਂ ਸਾਡੇ ਕੋਲ ਸ਼ਿਕਾਇਤ ਆਈ ਕਿਉਂਕਿ ਮੈਨੇਜਰ ਨੇ ਇਸ ਗੱਲ ਨੂੰ ਦਬਾਈ ਰੱਖਿਆ ਔਰ ਕਾਹਦੇ ਕਰਕੇ ਦਵਾਈ ਰੱਖਿਆ ਇਹ ਹੁਣ ਡਿਸਮਿਸ ਕੀਤਾ, ਉਹ ਤੋਂ ਬਾਅਦ ਇਹ ਸਾਰਾ ਕੁਝ ਸਾਹਮਣੇ ਲਿਆਵਾਂਗੇ ਵੀ ਇਹਦਾ ਕਾਰਨ ਕੀ ਬਣਿਆ। ਜਿਹੜਾ ਕੋਈ ਹੋਰ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ, ਜਿਹਦੇ ਕੋਈ ਇਹੋ ਜਿਹੀ ਚਾਲ ਖੱਡੀ ਹੋਏਗੀ, ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਡਾ ਸ਼ਾਨਾ ਮੱਤਾ ਇਤਿਹਾਸ ਰੱਖਦੀ ਹੈ ਔਰ ਇਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਉਸ ਮਹਾਨ ਅਕਸਰ ਨੂੰ ਜਦੋਂ ਧਾ ਲੱਗਦੀ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੱਲ੍ਹ ਹੀ ਸਾਨੂੰ ਜਦੋਂ ਪਰਸੋਂ ਉੱਥੋਂ ਇੱਕ ਵਫਦ ਆਇਆ, ਉਸ ਵਫਦ ਨੇ ਲਿਆ ਕੇ ਸਾਨੂੰ ਜਦੋਂ ਸ਼ਿਕਾਇਤ ਕੀਤੀ, ਇਮੀਡੀਏਟ ਉਹਨਾਂ ਨੂੰ, ਕਿਉਂਕਿ ਸਾਡੀ ਪਹਿਲੀ ਕਾਰਵਾਈ ਹੁੰਦੀ ਹੈ ਸ਼ਿਕਾਇਤ ਉੱਤੇ ਕਿ ਸਸਪੈਂਡ ਕਰਕੇ ਤੁਰੰਤ ਉਸ ਦੀ ਕਾਰਵਾਈ ਵਾਸਤੇ ਉੱਥੋਂ ਨਿਰੀਖਣ ਕੀਤਾ ਜਾਵੇ, ਪੜਤਾਲ ਕੀਤਾ ਜਾਵੇ। ਕੱਲ੍ਹ ਹੀ ਸਾਡੇ ਫਲਾਇੰਗ ਸਕੁਐਡ ਵਾਲੇ ਉੱਥੇ ਮੁਲਾਜ਼ਮ ਪਹੁੰਚੇ, ਉਹਨਾਂ ਨੇ ਰਿਪੋਰਟ ਬਣਾ ਕੇ ਦਿੱਤੀ ਔਰ ਮੈਂ ਧੰਨਵਾਦ ਕਰਦੀ ਉਸ ਇਲਾਕਾ ਨਿਵਾਸੀਆਂ ਦਾ, ਨਗਰ ਨਿਵਾਸੀਆਂ ਦਾ, ਉਹਨਾਂ ਨੇ ਬੜਾ ਵੱਡਾ ਸਾਥ ਦਿੱਤਾ। ਉਹਨਾਂ ਨੇ ਆਪ ਵਿੱਚ ਹੋ ਕੇ
ਉਹ ਸਾਰੀਆਂ ਕੁਤਾਹੀਆਂ ਦੇਖਿਆ ਵੀ ਔਰ ਉਹਨਾਂ ਨੂੰ ਸਾਡੇ ਸਾਹਮਣੇ ਰੱਖਿਆ ਵੀ ਔਰ ਕਿਸੇ ਦੀ ਉਹਨਾਂ ਨੇ ਪਰਵਾਹ ਨਾ ਕਰਦੇ ਹੋਇਆ ਪਰਚਾ ਦਰਜ ਕਰਾਉਣ ਵਿੱਚ ਸਾਡਾ ਸਾਡੀ ਸਹਾਇਤਾ ਕੀਤੀ ਔਰ ਆਪ ਬਿਆਨ ਵੀ ਦਿੱਤੇ ਹੈ। ਮੈਂ ਉਹ ਬੀਬੀ ਇੱਕ ਸਾਡੀ ਸੀਗੀ ਉੱਥੇ, ਉਹਨੇ ਬੜਾ ਰੋਲ ਅਦਾ ਕੀਤਾ, ਭਾਵੇਂ ਉਹਨਾਂ ਨੂੰ ਸੱਟ ਵੱਜੀ, ਪੇਨ ਲੱਗੀ, ਉਹਨਾਂ ਦੇ ਮਨ ਨੂੰ ਪੀੜਾ ਹੋਈ ਹੈ, ਉਹਨਾਂ ਦੀ ਭਾਵਨਾ ਨੂੰ ਸੱਟ ਵੱਜੀ ਅਤੇ ਉਹ ਜੋ ਉੱਥੇ ਕਲਪੇ ਵੀ ਹੈ ਉੱਥੇ ਉਹਨਾਂ ਨੇ ਧਰਨਾ ਵੀ ਦਿੱਤਾ। ਮੈਂ ਸਮਝਦੀ ਹਾਂ ਕਿ ਉਹਨਾਂ ਨੇ ਸਾਨੂੰ ਮਦਦ ਕੀਤੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਇਹ ਸਾਰੀ ਕਾਰਵਾਈ ਕਰਨ ਵਿੱਚ ਤੁਰੰਤ ਇਹਨੂੰ ਅਸੀਂ ਇੰਪਲੀਮੈਂਟ ਕੀਤਾ ਜਾਵੇ। ਸੋ ਮੈਂ ਉਹਨਾਂ ਦੀ ਧੰਨਵਾਦੀ ਹਾਂ ਸੰਗਤ ਦੀ ਜਿਨ੍ਹਾਂ ਨੇ ਉਸ ਕਾਰਵਾਈ ਤੋਂ ਸੰਤੁਸ਼ਟ ਹੋ ਕੇ ਕਿ ਚਾਰੇ ਅਸੀਂ ਮੁਲਾਜ਼ਮ ਜਿਹੜੇ ਸਨ ਜ਼ਿੰਮੇਵਾਰ ਉਹਨਾਂ ਨੂੰ ਅਸੀਂ ਵਿਹਲਾ ਕੀਤਾ, ਬਰਖਾਸਤ ਕੀਤਾ, ਡਿਸਮਿਸ ਕੀਤਾ ਅਤੇ ਬਾਕੀਆਂ ਨੂੰ ਉੱਥੋਂ ਬਦਲੀ ਕੀਤੀ ਔਰ ਅੱਜ ਹੀ ਨਵਾਂ ਜਿਹੜਾ ਸੀਗਾ ਮੈਨੇਜਰ ਉੱਥੇ ਭੇਜਿਆ, ਪੂਰਾ ਸਟਾਫ ਭੇਜਿਆ ਤਾਂ ਜੋ ਪ੍ਰਵਾਨ ਸੰਭਾਲ ਲੈਣ। ਮੈਂ ਸਾਰੀ ਸੰਗਤ ਕੋਲੋਂ, ਕਿਉਂਕਿ ਇਸ ਕਾਰਵਾਈ ਦੇ ਨਾਲ ਇਕੱਲੀ ਜੈਤੋ ਦੀ ਸੰਗਤ ਦੀ ਨਹੀਂ, ਇਕੱਲਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਨਹੀਂ, ਕੇਵਲ ਐਜ਼ ਏ ਮੁੱਖ ਸੇਵਾਦਾਰ ਮੈਨੂੰ ਹੀ ਨਹੀਂ, ਹਰ ਇੱਕ ਦੇ ਮਨ ਨੂੰ ਪੀੜਾ ਹੋਈ ਹੈ, ਹਰ ਇੱਕ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਕਿਉਂਕਿ ਸਾਰਿਆਂ ਦੀ ਆਸਥਾ ਜਿਹੜੀ ਹੈ ਇਹ ਧਰਮ ਨਾਲ ਜੁੜੀ ਹੋਈ ਹੈ, ਸਾਰਿਆਂ ਦੀ ਆਸਥਾ ਉਸ ਮਹਾਨ ਪਵਿੱਤਰ ਅਸਥਾਨ ਨਾਲ ਜੁੜੀ ਹੋਈ ਹੈ ਜਿਸ ਪਵਿੱਤਰ ਅਸਥਾਨ ਦੇ ਉੱਤੇ ਘਨੌਲੀ ਹਰਕਤ ਕੀਤੀ ਗਈ ਹੈ। ਇਹਨਾਂ ਨੂੰ ਕਦੀ ਬਖਸ਼ਿਆ ਨਹੀਂ ਜਾਏਗਾ ਔਰ ਨੌਕਰੀ ਦੇ ਉੱਤੇ ਵਿਹਲਾ ਕੀਤਾ, ਨਾਲ ਨਾਲ ਅਸੀਂ ਪਰਚਾ ਦਰਜ ਕਰਾਇਆ। ਅੱਜ ਮੈਂ ਫਿਰ ਫਰਾਈਂਗ ਸਕੈਡ ਨੂੰ ਭੇਜਿਆ ਕਿ ਜਾ ਕੇ ਉਸ ਪਰਚੇ ਨੂੰ ਹੋਰ ਪੱਕਾ ਕਰਨ ਵਾਸਤੇ, ਜਾ ਕੇ ਜਿੰਨੀਆਂ ਕੋਈ ਧਰਾਵਾਂ ਹੋਰ ਵੀ ਰਹਿੰਦੀਆਂ ਹੋਣ ਲਾਪਰਵਾਹੀ ਦੀਆਂ ਜਾਂ ਕੋਈ ਖੁਰਦ ਬੁਰਦ ਕਰਨ ਦੀਆਂ ਜਾਂ ਉਸ ਨੂੰ ਦਬਾਉਣ ਦੀਆਂ ਜਾਂ ਉੱਥੇ ਜਿਹੜੀ ਕੋਈ ਕਾਰਵਾਈ ਗਲਤ ਹੋਈ ਹੈ ਉਹ ਸਾਰੀ ਜਿਹੜੀ ਉਹਦੇ 'ਚ ਜੋ ਵੀ ਉਹਦੇ 'ਚ ਸਖਤੀ ਹੋ ਸਕੇ ਉਹ ਜਾ ਕੇ ਵਿੱਚ ਅੱਜ ਬਿਆਨ ਦੇ ਕਰਾਓ। ਸੋ ਮੈਂ ਧੰਨਵਾਦੀ ਹੈ ਉਸ ਇਲਾਕੇ ਦੀ ਸੰਗਤ ਦੀ ਵੀ ਜਿਹੜਾ ਸਹਿਯੋਗ ਦਿੱਤਾ, ਅਤੇ ਮੈਂ ਬੇਨਤੀ ਵੀ ਕਰਾਂਗੀ ਕਿ ਸਭਨਾਂ ਦੀ ਭਾਵਨਾ ਨੂੰ ਸੱਟ ਵੱਜੀ ਹੈ। ਮੈਂ ਖਿਮਾ ਦੀ ਚਾਚਕ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਨਾ, ਮੈਂ ਸਮਝਦੀ ਹਾਂ ਕਿ ਇਹੀ ਅਸੀਂ ਇਨਸਾਫ ਕਰ ਸਕਦੇ ਸੀਗੇ ਉਹਨਾਂ ਭਾਵਨਾਵਾਂ ਦੀ ਤੜਪ ਦੇ ਨਾਲ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਇਸ ਨੂੰ ਗਲਤ ਤੂਲ ਨਾ ਦਿੱਤਾ ਜਾਵੇ, ਕਿਉਂਕਿ ਮੇਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਂ ਜ਼ਿੰਮੇਵਾਰੀ ਨਿਭਾਉਂਦੀ ਹਾਂ। ਇਹਨਾਂ 'ਤੇ ਤੁਰੰਤ ਐਕਸ਼ਨ ਲੈਣਾ ਜੋ ਬਣਦਾ ਸੀਗਾ ਉਹ ਅਸੀਂ ਕੀਤਾ। ਦੇਖੋ, ਆਮ ਜ਼ਿੰਦਗੀ ਦਾ ਦੂਜੀ ਨੌਕਰੀ ਦਾ ਮੁਲਾਜ਼ਮਤ ਦਾ ਬੜਾ ਫਰਕ ਹੈ। ਇਹ ਉਹ ਤੇ ਕੇਵਲ ਆਪਣੀ ਡਿਊਟੀ ਕੀਤੀ, 8 ਘੰਟੇ ਘਰਾਂ 'ਚ ਚਲੇ ਗਏ, ਆਪਣੀ ਨਿੱਜੀ ਜ਼ਿੰਦਗੀ ਜੀਵੀ। ਲੇਕਿਨ ਗੁਰਸਿੱਖ ਦੀ ਕੋਈ ਨਿੱਜੀ ਜ਼ਿੰਦਗੀ ਨਹੀਂ ਹੁੰਦੀ, ਗੁਰਸਿੱਖ ਨੇ ਗੁਰੂ ਦੇ ਅਨੁਸਾਰ ਜਿਉਣਾ ਹੁੰਦਾ, ਗੁਰਸਿੱਖ ਨੇ ਸੰਗਤ ਦੀ ਸ਼ਰਧਾ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ ਹੁੰਦਾ, ਗੁਰਸਿੱਖ ਨੇ ਆਪਣੇ ਮਰਿਆਦਾ ਦਾ, ਸਿਧਾਂਤ ਦਾ, ਗੁਰੂ ਦੀ ਬਾਣੀ ਦਾ, ਅਸੂਲ ਦੇ ਉੱਤੇ ਪਹਿਰੇਦਾਰੀ ਕਰਨੀ ਹੁੰਦੀ ਹੈ। ਸੋ ਮੈਂ ਸਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਜਾਂ ਸੇਵਾਦਾਰਾਂ ਨੂੰ ਇਹ ਜ਼ਰੂਰ ਹਦਾਇਤ ਕਰਾਂਗੀ ਕਿ ਆਉਣ ਵਾਲੇ ਸਮੇਂ 'ਚ ਕੋਈ ਐਸੀ ਕੁਤਾਹੀ ਨਾ ਹੋਵੇ ਜਿਹੜੀ ਕਿ ਸਾਡੇ ਕੋਲੋਂ ਬਰਦਾਸ਼ਤ ਕਰਨ ਤੋਂ ਬਾਹਰ ਹੋ ਜਾਵੇ। ਔਰ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ 18 ਤਰੀਕ ਨੂੰ ਇਹ ਅਸੀਂ ਕਾਨੂੰਨ ਐਕਟ ਵਿੱਚ ਜੋ ਲਿਖਿਆ ਹੋਇਆ, ਨਿਯਮਾਂ 'ਚ ਜੋ ਲਿਖਿਆ ਹੋਇਆ, ਉਹਨੂੰ ਫਿਰ ਦੁਬਾਰਾ ਪ੍ਰਪੱਖ ਕਰਨ ਵਾਸਤੇ ਜਿਹੜੀ ਕੋਈ ਅਸ਼ਲੀਲ ਹਰਕਤ ਵਿੱਚ ਜਾਂ ਨਸ਼ੇ ਦੇ ਕਲ ਵਿੱਚ ਜਾਂ ਕੋਈ ਹੋਰ ਜਿਹੜੀ ਕਿ ਗੈਰ ਸੰਵਿਧਾਨਕ ਕਹਿ ਲਓ ਜਾਂ ਗੈਰ ਸਮਾਜਿਕ ਕਹਿ ਲਓ ਐਸੀ ਹਰਕਤ ਹੋਈ ਅਤੇ ਉਹਨੂੰ ਅਸੀਂ ਮੌਕੇ 'ਤੇ ਹੀ ਐਨ ਕੋਈ ਫਿਰ ਸਬੂਤ ਲੈਣ ਦੀ ਲੋੜ ਨਹੀਂ, ਸਾਨੂੰ ਉਹਨੂੰ ਮੌਕੇ 'ਤੇ ਹੀ ਡਿਸਮਿਸ ਕੀਤਾ ਜਾਏਗਾ। ਧੰਨਵਾਦ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।